ਜਦੋਂ ਸਾਡੇ ਪੁਰਖੇ ਹਲ ਵਾਹੁੰਦੇ ਹੁੰਦੇ ਸੀ, ਹਲ ਵਾਹ ਕੇ ਦੁਪਹਿਰੇ ਆ ਕੇ ਉਹ ਸੱਥ ਵਿੱਚ ਬਹਿ ਕੇ ਵੀ ਤਾਸ਼ ਵੀ ਖੇਡਦੇ ਸੀ, ਸਭ ਕੰਮ ਕਰਦੇ ਸੀ, ਆਪਸੀ ਵਿਚਾਰਾਂ ਵੀ ਕਰਦੇ ਸੀ। ਜੇ ਰਿਸ਼ਤੇਦਾਰਾਂ ਦੇ ਜਾਂਦੇ ਸੀ ਤਾਂ ਉੱਥੇ ਵੀ ਦੋ ਦੋ ਚਾਰ ਚਾਰ ਦਿਨ ਰਹਿ ਕੇ ਉਹ ਆ ਕੇ ਤਾਂ ਉਹ ਫਿਰ ਵੀ ਸਫਲ ਸੀ। ਵੀ ਜਾਇਦਾਦ ਕੋਈ ਜਾਇਦਾਦ ਨਹੀਂ ਹੈ, ਅਸਲ ਜਾਇਦਾਦ ਜਿਹੜੀ ਵਿਦਿਆ ਹੈ। ਜੇ ਤੁਸੀਂ ਕਿਸੇ ਨੂੰ ਆਪਣੇ ਕਨਵਿੰਸ ਨਹੀਂ ਕਰ ਸਕਦੇ, ਕਿਸੇ ਨਾਲ ਆਪਣੇ ਹਾਵ ਭਾਵ ਜਿਹੜੇ ਉਹ ਦੱਸ ਨਹੀਂ ਸਕਦੇ, ਉਹਨੂੰ ਆਪਣੇ ਅਟਰੈਕਟ ਨਹੀਂ ਕਰ ਸਕਦੇ, ਤਾਂ ਤੁਹਾਡੀ ਕੋਈ ਐਜੂਕੇਸ਼ਨ ਨਹੀਂ ਗੀ, ਕੋਈ ਗੱਲ ਨਹੀਂ, ਬਾਤ ਨਹੀਂ। ਇਸ ਕਰਕੇ ਉਹ ਹੀ ਪ੍ਰੈਫਰ ਕਰਦੇ ਸੀ ਵੀ ਅਸਲ ਜਾਇਦਾਦ ਜਿਹੜੀ ਆ ਉਹ ਐਜੂਕੇਸ਼ਨ ਹੈ। ਸਾਡੇ ਦਾਦਾ ਜੀ, ਸਾਡੇ ਚਾਚੇ ਤਾਏ, ਅਸੀਂ ਅੱਗੇ ਕਜ਼ਨ ਬ੍ਰਦਰ ਹਾਂ, 10 ਕਜ਼ਨ ਬ੍ਰਦਰ ਹਾਂ ਅਸੀਂ। ਉਹਨਾਂ ਦਾ ਸਾਡਾ ਇਕੱਠਿਆਂ ਦਾ ਪਿਆਰ ਆ, ਅਸੀਂ ਅਜੇ ਵੀ ਇਕੱਠੇ ਬੈਠਦੇ ਹਾਂ, ਪਾਰਟੀ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ। ਮੇਰੇ ਫਾਦਰ ਸਾਹਿਬ ਦਾ ਇਹ ਆ, ਉਹ ਕਹਿੰਦੇ ਕਿ ਟਾਈਮ ਨੂੰ ਧਿਆਨ 'ਚ ਰੱਖ ਕੇ ਚੱਲੋ। ਜੇ ਆਪਾਂ ਆਪਣੇ ਕੰਮ 'ਚ ਟਾਈਮ ਨੂੰ ਦੇਖਾਂਗੇ, ਉੱਥੇ ਟਾਈਮ ਦੇਵਾਂਗੇ, ਤਾਂ ਆਪਣੇ ਆਪ ਹੀ ਤੁਹਾਡਾ ਜਿਹੜਾ ਬਿਜ਼ਨਸ ਉਹ ਵਧੀਆ ਚੱਲੇਗਾ। ਠੀਕ ਹੈ ਜੀ, ਅਤੇ ਚੰਗੀ ਨੀਤ ਨਾਲ ਕੰਮ ਕਰੋ, ਇਮਾਨਦਾਰੀ ਨਾਲ ਕਰੋ। ਹਾਂ, ਮਾਂ ਪਿਓ, ਭਰਾ, ਪਤਨੀ, ਸਾਰਿਆਂ ਦਾ ਸੰਯੋਗ ਹੈ ਜ਼ਿੰਦਗੀ 'ਚ। ਜੇ ਇਹ ਸਾਰਿਆਂ ਦਾ ਸੰਯੋਗ ਰਹਿੰਦਾ ਵਾ ਨਾ, ਤਾਂ ਤੁਹਾਡੀ ਜੇ ਲਾਈਫ ਬਹੁਤ ਈਜ਼ੀ ਹੋ ਜਾਂਦੀ ਹੈ। ਲਾਅ ਆਫਿਸਰ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਉਹਨਾਂ ਵਰਗਾ DA ਨਾ ਹੋਇਆ ਤਾਂ ਨਾ ਹੋਣਾ। ਉਹਨਾਂ ਮੈਨੂੰ ਇੱਕ ਹੀ ਗੱਲ ਕਹੀ ਆ ਕਿ ਪੁੱਤਰਾ, ਜ਼ਿੰਦਗੀ 'ਚ ਜਿਹੜਾ ਵੀ ਕੰਮ ਕਰੋ, ਕੰਮ 'ਤੇ ਚੜ੍ਹ ਕੇ ਰਹਿਣਾ, ਚਾਹੇ ਤੁਸੀਂ ਬਿਜ਼ਨਸ ਕਰਨ ਡੇ ਜੇ, ਚਾਹੇ ਤੁਸੀਂ ਕਿਸੇ ਅਧਿਆਪਕ ਜੇ, ਚਾਹੇ ਤੁਸੀਂ ਕਿਸੇ ਪੋਲੀਟੀਕਲ ਖੇਤਰ 'ਚ ਆ ਜਾਓ, ਕਿਸੇ ਖੇਤਰ ਵਿੱਚ ਵੀ ਆ ਜਾਓ ਤੁਸੀਂ। ਜੇ ਆਪਾਂ ਨੂੰ ਜੋ ਕੁਛ ਵੀ ਮਿਲਿਆ ਉਸੇ ਪਰਮਾਤਮਾ ਦੇ ਘਰੋਂ ਹੀ ਮਿਲਿਆ, ਜੇ ਬੇਟੇ ਮਿਲੇ ਵੀ ਉਹਨਾਂ ਕੋਲੋਂ ਹੀ ਮਿਲੇ, ਅਤੇ ਜੋ ਸੁੱਖ ਹੈ ਉਹਨਾਂ ਹੀ ਪਰਮਾਤਮਾ ਨੇ ਵਾਹਿਗੁਰੂ ਨੇ ਦਿੱਤਾ ਹੈ ਜੀ।